ਬੋਲੀਵੁੱਡ ਸਿੰਗਰ ਜੁਬੀ ਨੋਟਿਆਲ ਦੀ ਆਵਾਜ਼ ਦਾ ਹਰ ਕੋਈ دیਵਾਨਾ ਹੈ ਫੈਨਸ ਨੂੰ ਵੀ ਸਭੀ ਦਿਨ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਜੁਬੀ ਨੋਟਿਆਲ ਦਾ ਅਗਲਾ ਗਾਣਾ ਰਿਲੀਜ਼ ਹੋਵੇਗਾ ਉਥੇ ਜੇ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਦੀ ਗੱਲ ਕਰ ਲਈ ਜਾਵੇ ਤਾਂ ਮੈਲਬਰਨ ਦੇ ਵਿੱਚ ਲੱਗੇ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਸਾਲ ਦਾ ਸਭ ਤੋਂ ਵੱਧ ਕਾਮਯਾਬ ਸ਼ੋਅ ਰਿਹਾ ਜਿਸ ਵਿੱਚ ਡਿਵਾਈਨ ਆਸਟ੍ਰੇਲੀਆ इनकॉर्पोरेटेड ਵੱਲੋਂ ਪਾਰੇ ਦੀਆਂ ਕਈ ਖਾਸ ਸ਼ਖਸੀਅਤਾਂ ਨੇ ਇਸ ਸ਼ੋਅ ਦੇ ਵਿੱਚ ਹਿੱਸਾ ਲਿਆ ਡਾਕਟਰ ਸੁਸ਼ੀਲ ਕੁਮਾਰ ਕੌਂਸਲੇਟ ਜਰਨਲ ਆਫ ਇੰਡੀਆ ਅਤੇ ਕੌਂਸਲਰ ਸ਼੍ਰੀ ਗਰੀਸ਼ ਸਿੰਘ ਕਾਵਿਆ ਅਤੇ ਮਿਸਟਰ ਸ਼ਸ਼ੀਕਾਂਤ ਹੈੱਡ ਆਫ 에ਅਰ ਇੰਡੀਆ ਤੇ ਬਿਲੀਅਨ ਡਾਲਰ ਵਰਥ ਸਟਾਰਟ ਪ੍ਰੋਪਰਟੀ ਗਰੁੱਪ ਦੇ ਮਾਲਕ ਮਿਸਟਰ ਸੋਨੂ ਕੇਕੇ ਵੀ ਉੱਚੇ ਚਤੁਰਤੇ ਸ਼ਾਮਿਲ ਹੋਏ ਨੇ ਬਾਲੀਵੁੱਡ ਸਿੰਗਰ ਜੁਬੀ ਨੋਟੀয়াল ਦੀ ਆਵਾਜ਼ ਦਾ ਹਰ ਕੋਈ دیਵਾਨਾ ਹੈ ਫੈਨਸ ਨੂੰ ਵੀ ਸਭੀ ਦਿਨਾਂ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਜੁਬੀ ਨੋਟੀয়াল ਦਾ ਅਗਲਾ ਗਾਣਾ ਰਿਲੀਜ਼ ਹੋਵੇਗਾ ਉਥੇ ਜੇ ਜੁਬੀ ਨੋਟੀয়াল ਦੇ ਸਟੇਜ ਸ਼ੋਅ ਦੀ ਗੱਲ ਕਰ ਲਈ ਜਾਵੇ ਤਾਂ ਮੈਲਬਰਨ ਦੇ ਵਿੱਚ ਲੱਗੇ ਜੁਬੀ ਨੋਟੀয়াল ਦੇ ਸਟੇਜ ਸ਼ੋਅ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਸਾਲ ਦਾ ਸਭ ਤੋਂ ਵੱਧ ਕਾਮਯਾਬ ਸ਼ੋਅ ਰਿਹਾ ਜਿਸ ਵਿੱਚ ਡਿਵਾਈਨ ਆਸਟ੍ਰੇਲੀਆ incorporated ਵੱਲੋਂ ਪਾਰੇ ਦੀਆਂ ਕਈ ਖਾਸ ਸ਼ਖਸੀਅਤਾਂ ਨੇ ਇਸ ਸ਼ੋਅ ਦੇ ਵਿੱਚ ਹਿੱਸਾ ਲਿਆ ਡਾਕਟਰ ਸੁਸ਼ੀਲ ਕੁਮਾਰ ਕੌਂਸਲੇਟ ਜਰਨਲ ਆਫ ਇੰਡੀਆ ਅਤੇ ਕੌਂਸਲਰ ਸ਼੍ਰੀ ਗਰੀਸ਼ ਸਿੰਘ ਕਾਵਿਆ ਅਤੇ ਮਿਸਟਰ ਸ਼ਸ਼ੀਕਾਂਤ ਹੈੱਡ ਆਫ 에য়ার ਇੰਡੀਆ ਤੇ ਬਿਲੀਅਨ ਡਾਲਰ ਵਰਥ ਸਟਾਰਟ ਪ੍ਰੋਪਰਟੀ ਗਰੁੱਪ ਦੇ ਮਾਲਕ ਮਿਸਟਰ ਸੋਨੂ ਕੇਕੇ ਵੀ ਉੱਚੇ-ਚੇ ਤੌਰ ਤੇ ਸ਼ਾਮਿਲ ਹੋਏ ਨੇ ਬਾਲੀਵੁੱਡ ਸਿੰਗਰ ਜੁਬੀ ਨੋਟਿਆਲ ਦੀ ਆਵਾਜ਼ ਦਾ ਹਰ ਕੋਈ دیਵਾਨਾ ਹੈ ਫੈਨਸ ਨੂੰ ਬੇਸਬਰੀ ਦਿਨਾਂ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਜੁਬੀ ਨੋਟਿਆਲ ਦਾ ਅਗਲਾ ਗਾਣਾ ਰਿਲੀਜ਼ ਹੋਵੇਗਾ ਉੱਥੇ ਜੇ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਦੀ ਗੱਲ ਕਰ ਲਈ ਜਾਵੇ ਤਾਂ ਮੈਲਬਨ ਦੇ ਵਿੱਚ ਲੱਗੀ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਸਾਲ ਦਾ ਸਭ ਤੋਂ ਵੱਧ ਕਾਮਯਾਬ ਸ਼ੋਅ ਰਿਹਾ ਜਿਸ ਵਿੱਚ ਡਿਵਾਈਨ ਆਸਟ੍ਰੇਲੀਆ ਇਨਕੋਰਪੋਰੇਟਿਡ ਵੱਲੋਂ ਭਾਰੇ ਦੀਆਂ ਕਈ ਖਾਸ ਸ਼ਖਸੀਅਤਾਂ ਨੇ ਇਸ ਸ਼ੋਅ ਦੇ ਵਿੱਚ ਹਿੱਸਾ ਲਿਆ ਡਾਕਟਰ ਸੁਸ਼ੀਲ ਕੁਮਾਰ ਕੌਂਸਲੇ ਜਰਨਲ ਆਫ ਇੰਡੀਆ ਅਤੇ ਕੌਂਸਲੇ ਸ਼੍ਰੀ ਗਰੀਸ਼ ਸਿੰਘ ਕਾਵਿਆ ਤੇ ਮਿਸਟਰ ਸ਼ਸ਼ੀਕਾਂਤ ਹੈੱਡ ਆਫ 에ਅਰ ਇੰਡੀਆ ਤੇ ਬਿਲੀਅਨ ਡਾਲਰ ਵਰਥ ਸਟਾਰ ਪ੍ਰੋਪਰਟੀ ਗਰੁੱਪ ਦੇ ਮਾਲਕ ਮਿਸਟਰ ਸੋਨੂ ਕੇਕੇ ਵੀ ਉੱਚੇ ਚਤੁਰਤੇ ਸ਼ਾਮਿਲ ਹੋਏ ਨੇ ਬਾਲੀਵੁੱਡ ਸਿੰਗਰ ਜੁਬੀ ਨੋਟਿਆਲ ਦੀ ਆਵਾਜ਼ ਦਾ ਹਰ ਕੋਈ دیਵਾਨਾ ਫੈਨਸ ਨੂੰ ਵੀ ਸਭੀ ਦਿਨ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਜੁਬੀ ਨੋਟਿਆਲ ਦਾ ਅਗਲਾ ਗਾਣਾ ਰਿਲੀਜ਼ ਹੋਵੇਗਾ ਉਥੇ ਜੇ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਦੀ ਗੱਲ ਕਰ ਲਈ ਜਾਵੇ ਤਾਂ ਮੈਲਬਰਨ ਦੇ ਵਿੱਚ ਲੱਗੇ ਜੁਬੀ ਨੋਟਿਆਲ ਦੇ ਸਟੇਜ ਸ਼ੋਅ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਸਾਲ ਦਾ ਸਭ ਤੋਂ ਵੱਧ ਕਾਮਯਾਬ ਸ਼ੋਅ ਰਿਹਾ ਜਿਸ ਵਿੱਚ ਡਿਵਾਈਨ ਆਸਟ੍ਰੇਲੀਆ ਇਨਕੋਰਪੋਰੇਟਿਡ ਵੱਲੋਂ ਭਾਰਤ ਦੀਆਂ ਕਈ ਖਾਸ ਸ਼ਖਸੀਅਤਾਂ ਨੇ ਇਸ ਸ਼ੋਅ ਦੇ ਵਿੱਚ ਹਿੱਸਾ ਲਿਆ ਡਾਕਟਰ ਸੁਸ਼ੀਲ ਕੁਮਾਰ ਕੌਂਸਲੇਟ ਜਰਨਲ ਆਫ ਇੰਡੀਆ ਅਤੇ ਕੌਂਸਲੇ ਸ਼੍ਰੀ ਗਰੀਸ਼ ਸਿੰਘ ਕਾਵਿਆ ਤੇ ਮਿਸਟਰ ਸ਼ਸ਼ੀਕਾਂਤ ਹੈੱਡ ਆਫ 에ਅਰ ਇੰਡੀਆ ਤੇ ਬਿਲੀਅਨ ਡਾਲਰ ਵਰਥ ਸਟਾਰ ਪ੍ਰੋਪਰਟੀ ਗਰੁੱਪ ਦੇ ਮਾਲਕ ਮਿਸਟਰ ਸੋਨੂ ਕੇ ਕੇ ਵੀ ਉੱਚੇ ਚਿਤੋਰ ਤੇ ਸ਼ਾਮਿਲ ਹੋਏ ਨੇ